ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਆ ਗੁਰਮੀਤ ਕੌਰ ਜਵੰਦਾ ਬੁਟੀਕ ਤੇ ਤੁਹਾਡਾ ਸਵਾਗਤ ਹੈ ਹੋਰ ਦੱਸੋ ਜੀ ਕੀ ਹਾਲ ਚਾਲ ਨੇ ਮੈਨੂੰ ਪੂਰੀ ਉਮੀਦ ਹੈ ਵੀ ਤੁਸੀਂ ਸਾਰੇ ਵਧੀਆ ਹੋਮੂਗੇ ਠੀਕ ਠਾਕ ਹੋਮੂਗੇ ਲੋ ਜੀ ਆਪਾਂ ਆ ਗਏ ਆਂ ਹੋਰ ਸੋਹਣੇ ਸੋਹਣੇ ਸੂਟ ਲੈ ਕੇ ਰੰਗ ਲੈ ਕੇ ਡਿਜ਼ਾਈਨ ਲੈ ਕੇ ਇਨਾਂ ਦੇ ਵਿੱਚੋਂ ਜੋ ਵੀ ਸੂਟ ਤੁਹਾਡੇ ਪਸੰਦ ਹੋਇਆ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ ਵਟਸਐਪ ਤੇ ਪ੍ਰਾਈਸ ਪੁੱਛ ਸਕਦੇ ਹੋ ਤੇ ਜਿਹੜੇ ਵੀ ਸੂਟਾਂ ਦੇ ਸਕਰੀਨ ਦੇ ਉੱਪਰ ਪ੍ਰਾਈਸ ਮੈਂਸ਼ਨ ਹੋਣਗੇ ਜੀ ਉਹ ਬਿਨਾ ਸਲਾਈ ਤੋਂ ਬੇਰੇ ਦੁਪੱਟਾ ਦੁਪੱਟੇ ਦੇ ਨਾਲ ਬਿਨਾ ਸਲਾਈ ਤੋਂ ਪ੍ਰਾਈਸ ਮੈਂਸ਼ਨ ਹੋਣਗੇ ਜੇ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਪਸੰਦ ਆਈ ਸਕਰੀਨਸ਼ਾਟ ਭੇਜ ਕੇ ਤੁਸੀਂ ਸਾਡੇ ਤੋਂ ਤਿਆਰ ਕਰਵਾ ਸਕਦੇ ਹੋ ਜੇ ਕੋਈ ਸਾਡਾ ਡਿਜ਼ਾਈਨ ਪਸੰਦ ਹੈ ਤੁਸੀਂ ਉਹ ਵੀ ਕਰਵਾ ਸਕਦੇ ਹੋ ਜੇ ਤੁਹਾਡਾ ਕੋਈ ਆਪਣਾ ਡਿਜ਼ਾਈਨ ਹੈ ਤੁਸੀਂ ਉਹ ਵੀ ਤਿਆਰ ਕਰਵਾ ਸਕਦੇ ਹੋ ਚਲੋ ਜੀ ਆਪਾਂ ਸੂਟ ਵਿਖਾਉਣੇ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੇ ਚ ਤਾਂ ਪਲੀਜ਼ ਸਬਸਕ੍ਰਾਈਬ ਸ਼ੁਰੂ ਕਰ ਲਿਓ ਜੇ ਫੇਸਬੁੱਕ ਪੇਜ ਤੋਂ ਵੇਖ ਰਹੇ ਹੋ ਅਜੇ ਤੱਕ ਫੋਲੋ ਨਹੀਂ ਕਰਿਆ ਫੋਲੋ ਜਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸਭ ਤੋਂ ਪਹਿਲਾਂ ਜਿਹੜਾ ਸੂਟ ਪਾਇਆ ਮੈਂ ਬੈਲਵਰਡ ਦਾ ਜੀ ਕਾਫੀ ਸਾਰੇ ਈਵਰਸ ਜਿਹੜੇ ਮੈਨੂੰ ਲਗਾਤਾਰ ਫੋਲੋ ਕਰਦੇ ਨੇ ਉਹਨਾਂ ਨੂੰ ਪਤਾ ਹੈ ਜਿਹੜੇ ਨਵੇਂ ਨੇ ਉਹਨਾਂ ਨੂੰ ਨਹੀਂ ਪਤਾ ਇਹ ਬੈਲਵਰਡ ਦਾ ਸੂਟ ਹੈ ਰਾਇਲ ਬਲੂ ਕਲਰ ਦਾ ਤੇ ਇਹ ਆਰੀ ਦਾ ਤੇ ਹੈਂਡ ਦਾ ਕੰਮ ਹੈ ਦੇ ਵਿੱਚ ਇੱਥੇ ਹੀ ਮਜੈਂਟਾ ਕਲਰ ਦੇ ਪੈਚ ਦਿੱਤੇ ਨੇ ਇਹ ਥਾਂ ਹੈਂਡਵਰਕ ਦਾ ਕੰਮ ਹੈ ਉੱਪਰ ਨੂੰ ਦੋ ਇਹ ਕਲੀਆਂ ਜਾਂਦੀਆਂ ਨੇ ਇਸ ਤਰ੍ਹਾਂ ਇਹ ਦੇਖੋ ਇਸ ਤਰ੍ਹਾਂ ਦਾ ਸੇਮ ਪੈਚ ਦਵਾ ਜਿਹੜਾ ਕੰਮ ਹੈ ਜੀ ਆਪਾਂ ਸਲਵਾਰ ਤੇ ਕਰਿਆ ਹੋਇਆ ਇਹ ਤੁਹਾਡੀ ਮਰਜ਼ੀ ਆ ਜੀ ਤੁਸੀਂ ਇਸ ਤਰ੍ਹਾਂ ਬੈਲਵਰਟ ਤੇ ਵੀ ਕਰਵਾ ਸਕਦੇ ਹੋ ਕਿਸੇ ਵੀ ਕੱਪੜੇ ਤੇ ਕਰਵਾ ਸਕਦੇ ਹੋ ਜੋ ਵੀ ਤੁਹਾਨੂੰ ਕੱਪੜਾ ਪਸੰਦ ਆ ਹੈਨਾ ਆਪਣੇ ਕੋਲ ਹਰ ਤਰ੍ਹਾਂ ਦਾ ਕੱਪੜਾ ਹੈਗਾਗਾ ਤੁਸੀਂ ਮੈਨੂੰ ਦੱਸ ਸਕਦੇ ਹੋ ਉਸ ਕੱਪੜੇ ਤੇ ਆਪਾਂ ਤੁਹਾਨੂੰ ਕਰਕੇ ਦੇ ਸਕਦੇ ਹਾਂ ਕਾਟਨ ਸਿਲਕ 크ਰੇਪ ਹੋ ਗਿਆ ਜੀ ਟਿਸ਼ੂ ਸ਼ਿਮਰ ਹੋ ਗਿਆ ਜੌਰਜਟ ਹੋ ਗਿਆ ਕੋਬਾ ਸਿਲਕ ਜੋ ਹਾ ਸਿਲਕ ਮਸਲੀਨ ਜੋ ਵੀ ਤੁਹਾਨੂੰ ਪਸੰਦ ਆ ਤੁਸੀਂ ਉਸ ਤੇ ਬਣਾ ਸਕਦੇ ਹੋ ਲਓ ਜੀ ਨੈਕਸਟ ਸੂਟ ਹੈਗਾ ਜੀ ਆਪਣਾ ਇਹ ਵੀ ਬੈਲਵਰਟ ਦਾ ਹੈਗਾ ਬਹੁਤ ਸੋਹਣਾ ਸੂਟ ਆਪਾਂ ਤੁਹਾਨੂੰ ਦਿਖਾਉਣੇ ਆਗੇ ਫਿਰ ਕਿਸ ਤਰ੍ਹਾਂ ਦਾ ਬਣਿਆ ਹੋਇਆ ਲੋ ਜੀ ਇਸ ਤਰ੍ਹਾਂ ਦਾ ਸੂਟ ਆ ਇਹ ਇਹ ਬਣਾਇਆ ਹੋਇਆ ਆਪਾਂ ਬੈਲਪਟ ਦੇ ਉੱਪਰ ਕੰਮ ਸਾਰਾ ਤੁਹਾਨੂੰ ਬਹੁਤ ਸੋਹਣਾ ਮਿਲੂਗਾ ਸਾਫ਼ ਸੁਥਰਾ ਮਿਲੂਗਾ ਇਹ ਨੈਕ ਦਾ ਕੰਮ ਹੈ ਜੀ ਹੈਂਡਵਰਕ ਦਾ ਇਹਦੇ ਪਿੱਛੇ ਆਪਾਂ ਕਿਤੇ ਵੀ ਮਸ਼ੀਨ ਦਾ ਇਸਤੇਮਾਲ ਨਹੀਂ ਕੀਤਾ ਸਾਰਾ ਕੰਮ ਹੈ ਜਿਹੜਾ ਹੱਥ ਦੇ ਨਾਲ ਕੀਤਾ ਹੈ ਪੂਰੀ ਫਿਨਿਸ਼ਿੰਗ ਵਾਲਾ ਕੰਮ ਹੈਗਾ ਬਹੁਤ ਸੋਹਣਾ ਇਹ ਗਲਾ ਆ ਗਿਆ ਜੀ ਗਲੇ ਤੋਂ ਹਨਾ ਨੈਕ ਡਿਜ਼ਾਈਨ ਤੋਂ ਥੱਲੇ ਨੂੰ ਹਰੇ ਬੇਲਾਂ ਡਿੱਗਦੀਆਂ ਨੇ ਇਹ ਦੇਖੋ ਇਸ ਤਰ੍ਹਾਂ ਇਹ ਵਾਲੀ ਆ ਗਈ ਇਹ ਵਾਲੀ ਆ ਗਈ ਤੇ ਸੈਂਟਰ ਦੇ ਵਿੱਚ ਇਸ ਤਰ੍ਹਾਂ ਪੱਟੀ ਜਾਂਦੀ ਹੈ ਆਪਣੇ ਇਹ YouTube ਦੇ ਉੱਪਰ ਵੀ ਹੈਗਾ ਡਿਜ਼ਾਈਨ ਉਹ ਸੌਰੀ YouTube ਦੇ ਉੱਪਰ ਆ ਗਿਆ ਇਹ ਜਨ ਆਪਣੇ Instagram ਦੇ ਉੱਪਰ ਵੀ ਹੈਗਾ ਉਹਦੇ ਉੱਪਰ ਆਪਾਂ ਇਹ ਬੋਟਲ ਗ੍ਰੀਨ ਕਲਰ ਤੇ ਪਾਇਆ ਹੋਇਆ ਇਹ ਦੇਖੋ ਤੇ ਉਸ ਤੋਂ ਬਾਅਦ ਇਸ ਤਰ੍ਹਾਂ ਦਾ ਆ ਗਿਆ ਜੀ ਇਹ ਉੱਪਰ ਨੂੰ ਜਾਂਦੀ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਫਿਰੋਜੀ ਕਲਰ ਦਾ ਆਪਾਂ ਪੈਚ ਲਾਇਆ ਹੋਇਆ ਤੇ ਪਰਪਲ ਵਾਈਨ ਕਹਾਂਗੇ ਜੀ ਪਰਪਲ ਨਹੀਂ ਵਾਈਨ ਕਲਰ ਦਾ ਇਹ ਸੂਟ ਹੈ ਇਸ ਤਰ੍ਹਾਂ ਦੇ ਘੇਰ ਦਾ ਕੰਮ ਹੈ ਇਹ ਸੈਂਟਰ ਦਾ ਆ ਗਿਆ ਇਹ ਆ ਗਿਆ ਜੀ ਵੱਡੇ ਫੁੱਲ ਤੋਂ ਹਨਾ ਇਸ ਤਰ੍ਹਾਂ ਪੈਚ ਲਾ ਕੇ ਉੱਪਰ ਨੂੰ ਆ ਗਿਆ ਤੇ neck ਆ ਕੇ ਇਸ ਤਰ੍ਹਾਂ ਦਾ ਇਹ ਡਿਜ਼ਾਈਨ ਹੈ ਤੇ ਇਹ ਹੈਗਾ ਜੀ ਬਾਹਾਂ ਦੇ ਉੱਪਰ ਕੰਮ ਕਰਿਆ ਹੋਇਆ ਕੰਮ ਦੇਖੋ ਤੁਸੀਂ ਕਿੰਨਾ ਸੋਹਣਾ ਕਰਿਆ ਹੋਇਆ ਬਹੁਤ ਜ਼ਿਆਦਾ ਸੋਹਣਾ ਸੂਟ ਲੱਗਦਾ ਹੈਗਾ ਤੇ ਪੂਰਾ ਸੂਟ ਜੀ ਇਹ ਹੈਂਡਵਰਕ ਦਾ ਜੇ ਤੁਹਾਨੂੰ ਕੰਮ ਪਸੰਦ ਹੈ ਜੀ ਤੁਸੀਂ ਹਨਾ ਹੈਂਡਵਰਕ ਤੇ ਇਹ ਪੈਸਾ ਨਹੀਂ ਲਾਉਣਾ ਚਾਹੁੰਦੇ ਤਾਂ ਤੁਸੀਂ ਆਰੀ 'ਚ ਵੀ ਕਰਵਾ ਸਕਦੇ ਹੋ ਤੇ ਜਿਹੜਾ ਹੁੰਦਾ ਜੀ ਆਪਣਾ ਐਨ ਆਰ ਆਈ ਕਸਟਮਰ ਉਹ ਸਾਰਾ ਹੈਂਡਵਰਕ ਦਾ ਕੰਮ ਪਸੰਦ ਕਰਦਾ ਜਿਹੜਾ ਇੰਡੀਆ ਦਾ ਕਸਟਮਰ ਆ ਉਹ ਥੋੜਾ ਜਿਹਾ ਪੈਸੇ ਕਈ ਵਾਰ ਕਹਿੰਦੇ ਨੇ ਹਨਾ ਵੀ ਅਸੀਂ ਘੱਟ ਪੈਸੇ ਵਾਲਾ ਬਣਾਉਣਾ ਤਾਂ ਤੁਸੀਂ ਆਲੀ ਚ ਬਣਾ ਸਕਦੇ ਹੋ ਠੀਕ ਹੈ ਇਹ ਹੈਗਾ ਜੀ ਸਲਵਾਰ ਦਾ ਕੰਮ ਸਲਵਾਰ ਤੇ ਵੀ ਬਹੁਤ ਸੋਹਣਾ ਕੰਮ ਮਿਲੂਗਾ ਤੁਹਾਨੂੰ ਸਾਫ ਸੁਥਰਾ ਕੰਮ ਹੈ ਜਿਹੜਾ ਸਲਵਾਰ ਦੇ ਉੱਪਰ ਵੀ ਇਸ ਤਰ੍ਹਾਂ ਦਾ ਕੰਮ ਮਿਲੂਗਾ ਇਹ ਵਾਲੇ ਹੋ ਗਿਆ ਤੇ ਉੱਪਰ ਨੂੰ ਇਸ ਤਰ੍ਹਾਂ ਇੱਕ ਇਹ ਵਾਲੀ ਹੋ ਗਈ ਇਹ ਇਸ ਦਾ ਬੂਟੀ ਦਿੱਤੀ ਹੋਈ ਹੈ ਤੇ ਨਾਲ ਇਹਦੇ ਹੈਗਾ ਜੀ ਬਹੁਤ ਜਿਆਦਾ ਸੋਹਣਾ ਖੂਬਸੂਰਤ ਦੁਪੱਟਾ ਦੁਪੱਟਾ ਆਪਾਂ ਇਹਦੇ ਨਾਲ ਰੱਖਿਆ ਹੋਇਆ ਜੀ ਪਿਓਰ ਆਰਗਾਂਜਾ ਦਾ ਤੁਹਾਡੀ ਮਰਜ਼ੀ ਹੈ ਕੋਈ ਵੀ ਰਖਵਾ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਹੈ ਦੇਖੋ ਕਿੰਨਾ ਪਿਆਰਾ ਦੁਪੱਟਾ ਬਣਿਆ ਹੋਇਆ ਫੋਰ ਸਾਈਡ ਜੀ ਇਸ ਤਰ੍ਹਾਂ ਦੁਪੱਟੇ ਦਾ ਵਰਕ ਕੀਤਾ ਹੋਇਆ ਇਹ ਕੱਟ ਵਰਕ ਹੋ ਗਿਆ ਹਨ ਕੱਟ ਵਰਕ ਹੋ ਗਿਆ ਪਿਓਰ ਆਰਗਾਂਜਾ ਦਾ ਦੁਪੱਟਾ ਬਿਲਕੁਲ ਠੀਕ ਹੈ ਲਓ ਜੀ ਇੱਕ ਨੰਬਰ ਕੁਆਲਿਟੀ ਮਿਲੂਗੀ ਤੁਹਾਨੂੰ ਦੇਖੋ ਜੇ ਤੁਹਾਨੂੰ ਪਸੰਦ ਆ ਜੀ WhatsApp ਤੇ ਮੈਸੇਜ ਕਰ ਸਕਦੇ ਹੋ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਸਲਵਾਰ ਦੇ ਉੱਪਰ ਕੰਮ ਹੈ ਦੇਖੋ ਕਿੰਨਾ ਫੈਰਾ ਇਹ ਨਾਲ ਆ ਗਿਆ ਜੀ ਦੁਪੱਟਾ ਕਲਰ ਕੰਬੀਨੇਸ਼ਨ ਦੀ ਤੁਹਾਡੀ ਮਰਜ਼ੀ ਹੈ ਜਿਹੜਾ ਕਲਰ ਕੰਬੀਨੇਸ਼ਨ ਤੁਸੀਂ ਕਹੋਗੇ ਆਪਾਂ ਉਸੇ ਦੇ ਤੁਹਾਨੂੰ ਬਣਾ ਕੇ ਦੇ ਦਾਂਗੇ ਜਿਹੜੇ ਫੈਬਰਿਕ ਤੇ ਕਹੋਗੇ ਪਾਰਟੀ ਵੀਅਰ ਸੂਟਾਂ ਦੀ ਇਸ ਪਾਇਆ ਹੋਇਆ ਤੁਹਾਡੇ ਬਹੁਤ ਜ਼ਿਆਦਾ ਸੋਹਣਾ ਲੱਗੂਗਾ ਪੂਰਾ ਜਚੂਗਾ ਪੀਸ ਪਾਇਆ ਹੋਇਆ ਤੁਸੀਂ ਇਸ ਤਰ੍ਹਾਂ ਦਾ ਪੀਸ ਸਾਡੇ ਤੋਂ ਤਿਆਰ ਕਰਵਾ ਸਕਦੇ ਹੋ ਦੋਜੀ ਇਹ ਹੈਗਾ ਨੈਕਸਟ ਸੂਟ ਇਹ ਆਪਾਂ ਕਰਿਆ ਹੋਇਆ ਲਵੈਂਡਰ ਸ਼ੇਡ ਤੇ ਲਵੈਂਡਰ ਸ਼ੇਡ ਆ ਜਿਹੜਾ ਕਾਇਮਰੇ ਦੇ ਵਿੱਚ ਬਿਲਕੁਲ ਵੀ ਸਹੀ ਨਹੀਂ ਆਉਂਦਾ ਹੁੰਦਾ ਇਹ ਬੇਬੀ ਬਲੂ ਜਿਹਾ ਲੱਗਦਾ ਪਰ ਇਹ ਲਵੈਂਡਰ ਆ ਯਾਨੀ ਕਿ ਕਾਸ਼ਨੀ ਇਹ ਹੈਗਾ ਜੀ ਆਪਣਾ ਘੇਰ ਦਾ ਕੰਮ ਇਹ ਘੇਰ ਦੇ ਉੱਪਰ ਆਊਗਾ ਬਹੁਤ ਸੋਹਣਾ ਕੰਮ ਕਰਿਆ ਹੋਇਆ ਕੰਮ ਦੇਖੋ ਕਿੰਨਾ ਪਿਆਰਾ ਸਾਫ ਸੁਥਰਾ ਕੰਮ ਹੈ ਸਾਰਾ ਆਰੀ ਦਾ ਕੰਮ ਹੈਗਾ ਡਿਜ਼ਾਈਨ ਪਸੰਦ ਹੈ ਹੈਂਡਵਰਕ ਵਿੱਚ ਕਰਵਾ ਲਓ ਤਿੰਨ ਨੇ ਜਿਹੜੇ ਉੱਪਰ ਨੂੰ ਸੈਂਟਰ ਦੇ ਵਿੱਚ ਇਹ ਕਲੀਆਂ ਜਾਣਗੀਆਂ ਜੋ ਅੱਗੇ neck ਤੱਕ ਜਾਣਗੀਆਂ ਇਸ ਤਰ੍ਹਾਂ ਲਓ ਜੀ ਇਹ ਉੱਪਰ ਨੂੰ ਤਿੰਨ ਕਲੀਆਂ ਆ ਗਈਆਂ ਤੇ ਇਹ ਵਾਲਾ ਹੋ ਗਿਆ ਜੀ ਘੇਰ ਦਾ ਕੰਮ ਠੀਕ ਹੈ ਆਰੀ ਦਾ ਸੂਟ ਹੈ ਬਾਵਾ ਦਾ ਕੰਮ ਵੀ ਦਿਖਾ ਦਿੰਨੇ ਤੁਹਾਨੂੰ ਇਹ ਕੰਮ ਬਾਂ ਦੇ ਉੱਪਰ ਜੇ ਤੁਸੀਂ ਸਲਵਾਰ ਤੇ ਕਰਵਾਉਣਾ ਸੇਮ ਕੰਮ ਸਲਵਾਰ ਤੇ ਕਰਵਾ ਸਕਦੇ ਹੋ ਪਰ ਇਹ ਬਾਂ ਦਾ ਕੰਮ ਹੈਗਾ ਪੂਰੇ ਕਮੀਜ਼ ਦੇ ਵਿੱਚ ਵਰਕ ਮਿਲੂਗਾ ਨਾ ਰੱਖਿਆ ਜੀ ਆਪਾਂ ਚਨੂਨ ਦਾ ਦੁਪੱਟਾ ਤੇ ਦੁਪੱਟਾ ਇਸ ਤਰ੍ਹਾਂ ਫੋਰ ਸਾਈਡ ਵਰਕ ਕੀਤਾ ਹੋਇਆ ਤੇ ਨਾਲ ਆਪਾਂ ਇਸ ਤਰ੍ਹਾਂ ਲੇਸ ਦੇ ਕੇ ਇਹਨੂੰ ਫਿਨਿਸ਼ਿੰਗ ਕੀਤੀ ਹੋਈ ਆ ਬਹੁਤ ਸੋਹਣਾ ਹੈਵੀ ਸੂਟ ਹੈਗਾ ਪਾਇਆ ਹੋਇਆ ਜੱਚਦਾ ਪੂਰਾ ਪੀਸ ਕਲਰ ਕੰਬੀਨੇਸ਼ਨ ਇਹ ਵੀ orange ਦੇ ਨਾਲ lavender ਵੀ ਬਹੁਤ ਸੋਹਣਾ ਲੱਗਦਾ ਬਾਕੀ ਤੁਹਾਡੀ ਮਰਜ਼ੀ ਆ ਜੀ ਤੁਸੀਂ ਕੋਈ ਵੀ ਕਲਰ ਕੰਬੀਨੇਸ਼ਨ ਆ ਜਿਹੜਾ ਕਰਵਾ ਸਕਦੇ ਹੋਗੇ ਜਿਸ ਤਰ੍ਹਾਂ ਵੀ ਤੁਹਾਨੂੰ ਪਸੰਦ ਹੈ ਅਸੀਂ ਹਰ ਕੰਮ ਹੈ ਜਿਹੜਾ ਤੁਹਾਡੀ ਪਸੰਦ ਅਨੁਸਾਰ ਕਰਕੇ ਦੇਣਾ ਹੁੰਦਾ ਠੀਕ ਹੈ ਜੋ ਤੁਹਾਨੂੰ ਪਸੰਦ ਹੈ ਜੀ ਤੁਸੀਂ ਉਹ ਸਾਡੇ ਤੋਂ ਤਿਆਰ ਕਰਵਾ ਸਕਦੇ ਹੋ ਇਹ ਲੋ ਜੀ ਇਸ ਤਰ੍ਹਾਂ ਦਾ ਆਪਣਾ ਇਹ ਦੁਪੱਟਾ ਆ ਗਿਆ ਇਹ ਦੁਪੱਟਾ ਇਹ ਆਪਣਾ ਘੇਰ ਦਾ ਕੰਮ ਇਹ ਫੋਰ ਸਾਈਡ ਦੁਪੱਟਾ ਆ ਗਿਆ ਤੇ ਇਸ ਤਰ੍ਹਾਂ ਤਿੰਨ ਕਲੀਆਂ ਆ ਜਾਣੀਆਂ ਨੈਕਸਟ ਸੂਟ ਦਿਖਾਉਣੀ ਹੈ ਆਪਾਂ ਤੁਹਾਨੂੰ ਬਹੁਤ ਸੋਹਣੇ ਡਿਜ਼ਾਈਨ ਨੇ ਜੀ ਬਹੁਤ ਜ਼ਿਆਦਾ ਸਾਫ਼ ਕੰਮ ਹੈ ਹਰ ਇੱਕ ਜਿੰਨਾ ਕੋਲ ਵੀ ਸਾਡੇ ਕੱਪੜੇ ਗਏ ਨੇ ਹਰ ਇੱਕ ਨੇ ਸਾਡੇ ਕੱਪੜੇ ਦੀ ਤਾਰੀਫ਼ ਕੀਤੀ ਐ ਵੀ ਸਾਨੂੰ ਬਹੁਤ ਸੋਹਣਾ ਕੱਪੜਾ ਮਿਲਿਆ ਹਰ ਇੱਕ ਨੇ ਸਾਡੇ ਵਰਕ ਦੀ ਤਾਰੀਫ਼ ਕੀਤੀ ਐ ਇਹ ਆਪਾਂ ਪਸ਼ਮੀਨੇ ਦੇ ਕਰਿਆ ਹੋਇਆ ਜੀ ਰਾਮ ਟੈਕਸ ਦਾ ਪਿਓਰ ਰਾਮ ਟੈਕਸ ਦਾ ਪਸ਼ਮੀਨਾ ਕੋਈ ਮਿਲਾਵਟ ਨਹੀਂ ਕੋਈ ਬੁਰਨੀ ਆਉਂਦਾ ਸਾਲੂ ਸਾਲ ਤੁਸੀਂ ਠੰਡਾ ਲੋ ਪਾ ਲੋ ਠੀਕ ਐ ਲੋ ਜੀ ਇਹ ਆ ਗਿਆ ਆਪਣਾ ਇਸ ਤਰ੍ਹਾਂ ਹੁੰਦਾ ਕੰਮ ਘੇਰ ਦੇ ਉੱਪਰ ਆਪਣਾ ਇਸ ਤਰ੍ਹਾਂ ਕੱਟਵਰਕ ਆ ਜਾਊਗਾ ਤੇ ਇਹ ਕਲੀਆਂ ਵਾਲਾ ਡਿਜ਼ਾਈਨ ਹੈ ਸੈਂਟਰ ਦੇ ਇਹ ਮੋਢਿਆਂ ਨੂੰ ਦੋ ਕਲੀਆਂ ਜਾਣੀਆਂ ਕਲਰ ਕੰਬੀਨੇਸ਼ਨ ਤੁਹਾਡੀ ਮਰਜ਼ੀ ਆ ਜੀ ਫੈਬਰਿਕ ਤੁਹਾਡੀ ਮਰਜ਼ੀ ਆ ਕਿਸੇ ਮਰਜ਼ੀ ਫੈਬਰਿਕ ਤੇ ਕਰਵਾ ਲਓ ਕਿਸੇ ਮਰਜ਼ੀ ਕਲਰ ਤੇ ਕਰਵਾ ਲਓ ਆਰੀ ਵਰਕ ਦਾ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣਾ ਡਿਜ਼ਾਈਨ ਹੈ ਤੇ ਇਹ ਹੈਗਾ ਜੀ ਇਹਦੀ ਬਾਹ ਦਾ ਕੰਮ ਕੱਟਵਰਕ ਤੇ ਨਾਲ ਇਹ ਵਾਲਾ ਬੁੱਟਾ ਬਾਹ ਦੇ ਉੱਪਰ ਆ ਜਾਊਗਾ ਕੰਮ ਹਮੇਸ਼ਾ ਸਾਡਾ ਤੁਹਾਨੂੰ ਤਸੱਲੀ ਬਖਸ਼ ਮਿਲੂਗਾ ਬਿਲਕੁਲ ਸਾਲ ਸੂਤਰਾ ਕਮ ਮਿਲੂਗਾ ਠੀਕ ਹੈ ਜੀ ਨਾ ਰੱਖਿਆ ਹੋਇਆ ਜੀ ਆਪਾਂ ਚਨੂਨ ਦਾ ਦੁਪੱਟਾ ਇਹ ਚਨੂਨ ਦਾ ਦੁਪੱਟਾ ਰੱਖਿਆ ਇਸ ਤਰ੍ਹਾਂ ਦੀ ਇਹਨੂੰ ਆਪਾਂ ਗੋਟਾ ਲੇਸ ਦੇ ਕੇ ਫਿਨਿਸ਼ ਕੀਤਾ ਹੋਇਆ ਬਹੁਤ ਜ਼ਿਆਦਾ ਸੋਹਣਾ ਕੰਮ ਹੈ ਬਹੁਤ ਸੋਹਣਾ ਦੁਪੱਟਾ ਹੈ ਤੁਸੀਂ ਇਹ ਵਾਲਾ ਸੂਟ ਹਨਾ ਜਿੰਨਾ ਚਿਰ ਮਰਜੀ ਤੁਹਾਡਾ ਤੁਸੀਂ ਇਹਨਾਂ ਪਾ ਪਾ ਕੇ ਤੁਹਾਡਾ ਜੀ ਅੱਕ ਜਾਊਗਾ ਨਾ ਤਾਂ ਇਹਦੀ ਰੰਗ ਖਰਾਬ ਹੋਗੀ ਫੋਵੇ ਜੀ ਨਾ ਕੜਾਈ ਦੀ ਫਿਨਿਸ਼ਿੰਗ ਨੂੰ ਕੁਸ ਵੀ ਹੋਵੇ ਇਹ ਐਸਟ੍ਰੇ ਸੋਹਣਾ ਸੋਹਣਾ ਹੀ ਹੰਡੂਗਾ ਬਹੁਤ ਸੋਹਣਾ ਲੱਗਦਾ ਇਹ ਪਾਇਆ ਹੋਇਆ ਲੋ ਜੀ ਨੈਕਸਸ ਨੂੰ ਦਿਖਾਉਣਾ ਹੈ ਤੁਹਾਨੂੰ ਇਹ ਡਿਜ਼ਾਈਨ ਵੀ ਸਾਡਾ ਬਹੁਤ ਜ਼ਿਆਦਾ ਸੋਹਣਾ ਹੈ ਜੀ ਬਹੁਤ ਸਾਰਿਆਂ ਨੇ ਪਸੰਦ ਕਰਿਆਗਾ ਇਹ ਡਿਜ਼ਾਈਨ ਨੂੰ ਜਿੰਨਾ ਕੋਲ ਵੀ ਇਹ ਸੂਟ ਗਏ ਨੇ ਸਾਰਿਆਂ ਨੇ ਸਰਾਹਿਆ ਕੰਮ ਨੂੰ ਕੰਮ ਸਾਡਾ ਡਿਜ਼ਾਈਨ ਸਾਡੇ ਇੱਕ ਤੋਂ ਇੱਕ ਸੋਹਣੇ ਡਿਜ਼ਾਈਨ ਨੇ ਹਰ ਇੱਕ ਕਸਟਮਰ ਨੂੰ ਸਾਡੇ ਡਿਜ਼ਾਈਨ ਪਸੰਦ ਆਉਂਦੇ ਨੇ ਹਰ ਇੱਕ ਕਸਟਮਰ ਨੇ ਹੀ ਕਿਹਾ ਵੀ ਤੁਹਾਡੇ ਦੀਦੀ ਡਿਜ਼ਾਈਨ ਬਹੁਤ ਜ਼ਿਆਦਾ ਸੋਹਣੇ ਹੁੰਦੇ ਨੇ ਇਹ ਹੈਗਾ ਜੀ ਕਲੀਆਂ ਵਾਲਾ ਡਿਜ਼ਾਈਨ ਉੱਪਰ ਨੂੰ ਇਹ ਸੈਂਟਰ ਦੇ ਵਿੱਚ ਆਹ ਦੋ ਕਲੀਆਂ ਜਾਣਗੀਆਂ ਠੀਕ ਹੈ ਇਹ ਆਪਣਾ ਨੈੱਕ ਆ ਗਿਆ ਇਹ ਤਿੰਨ ਬੂਟੇ ਆ ਗਏ ਠੀਕ ਹੈ ਜੀ ਇਹ ਆਰੀ ਤੇ ਮਸ਼ੀਨ ਨੂੰ ਆਪਾਂ ਮਸ਼ੀਨ ਦਾ ਕੰਮ ਤਿਆਰੀ ਦਾ ਦੋਨੋਂ ਮਿਕਸ ਕਰੇ ਹੋਏ ਨੇ ਦੋ ਮਸ਼ੀਨਾਂ ਚੱਲੀਆਂ ਨੇ ਪੱਪ ਵਾਲੀ ਵੀ ਤਿਆਰੀ ਵਾਲੀ ਵੀ ਤੇ ਸੂਟ ਦੀ ਗ੍ਰੇਸ ਹੈ ਜਿਹੜੀ ਬਹੁਤ ਜ਼ਿਆਦਾ ਸੋਹਣਾ ਇਹ ਤੇ ਬਾਕੀ ਨੋਰਮਲ ਰੇਟ ਦਾ ਹੈ ਜੀ ਰੇਟ ਬਿਲਕੁਲ ਜ਼ਿਆਦਾ ਨਹੀਂ ਹੈਗਾ ਇਹ ਸਾਡੇ ਬੁਟੀਕ ਤਾਂ ਹਨਾ ਸ਼ਾਪਿੰਗ ਕਰਨ ਦਾ ਫਾਇਦਾ ਸੂਟ ਬਣਵਾਉਣ ਦਾ ਤੁਹਾਨੂੰ ਰੇਟ ਨੇ ਬਿਲਕੁਲ ਜਾਇਜ਼ ਲੱਗਣਗੇ ਇਹ ਹੈਗਾ ਜੀ ਆਪਣੀ ਬਾਹ ਦਾ ਕੰਮ ਇੱਕ ਫਲਾਰ ਆ ਗਿਆ ਇਹ ਵਾਲਾ ਆ ਗਿਆ ਠੀਕ ਹੈ ਲੋਚ ਜੇ ਤੁਹਾਨੂੰ ਪਸੰਦ ਹੈ ਸਕਰੀਨ ਸ਼ਾਟ ਲੈ ਲਓ ਨਾ ਰੱਖਿਆ ਹੋਇਆ ਜੀ ਆਪਾਂ ਇਸ ਤਰ੍ਹਾਂ ਅਨੀਆਂ ਨੇ ਸ਼ੇਡ ਦਾ ਦੁਪੱਟਾ ਹੈਗਾ ਦੁਪੱਟੇ ਨੂੰ ਇਸ ਤਰ੍ਹਾਂ ਆਪਾਂ ਲੀਸ ਦੇ ਕੇ ਫਿਨਿਸ਼ ਕੀਤਾ ਹੋਇਆ ਜੇ ਤੁਹਾਨੂੰ ਸੂਟ ਪਸੰਦ ਆ ਜੀ ਸਕਰੀਨਸ਼ਾਟ ਲੈ ਸਕਦੇ ਹੋ ਤੇ ਆਰਡਰ ਕਰ ਸਕਦੇ ਹੋ ਚਨੂਨ ਦਾ ਦੁਪੱਟਾ ਰੱਖਿਆ ਸਕਰੀਨਸ਼ਾਟ ਉਹ ਤੋਂ ਲਿਆ ਕਰੋ ਜਦੋਂ ਪੂਰਾ ਸੂਟ ਦਿਖਦਾ ਹੁੰਦਾ ਠੀਕ ਹੈ ਸੇਮ ਕੰਮ ਬੰਨਤੇ ਆਪਾਂ ਮੈਂ ਦਿਖਾ ਦਿੰਦਾ ਤੁਹਾਨੂੰ ਲੋਜੀ ਇਹ ਆਪਾਂ ਬਣਾਇਆ ਹੋਇਆ ਜੀ ਰਸਟ ਜਾਂ ਪੀਚ ਰਸਟ ਸ਼ੇਡ ਹੈ ਇਹ ਬਹੁਤ ਜ਼ਿਆਦਾ ਸੋਹਣਾ ਸ਼ੇਡ ਹੈ ਇਹ ਬਣਾਇਆ ਹੋਇਆ ਆਪਾਂ ਸ਼ਿਮਰਦੇ ਟਿਸ਼ੂ ਸ਼ਿਮਰਦੇ ਬਹੁਤ ਜਿਆਦਾ ਸੋਹਣਾ ਕੱਪੜਾ ਬਿਲਕੁਲ ਟ੍ਰੈਂਡ ਦੇ ਵਿੱਚ ਹੈ ਬਿਲਕੁਲ ਨਿਊ ਹੈ ਤੁਸੀਂ ਇਹਨੂੰ ਟਰਾਈ ਕਰ ਸਕਦੇ ਹੋ ਇਹ ਹੈਗਾ ਜੀ ਆਪਣਾ ਘੇਰ ਦਾ ਕੰਮ ਇਹ ਘੇਰ ਦੇ ਉੱਪਰ ਆ ਜਾਊਗਾ ਇਹ ਉੱਪਰ ਨੂੰ ਕਮਰ ਤੱਕ ਆਪਣੀਆਂ ਕਲੀਆਂ ਜਾਣੀਆਂ ਜੇ ਤੁਸੀਂ ਅੱਗੇ ਮੋਢਿਆਂ ਤੱਕ ਲੈ ਕੇ ਜਾਣਾ ਇਹ ਕੰਮ ਨੂੰ ਆਪਾਂ ਇੱਥੋਂ ਇਹਨੂੰ ਐ ਕਰਕੇ ਮੋਢਿਆਂ ਤੱਕ ਲੈ ਜਾਾਂਗੇ ਜਿਵੇਂ ਵੀ ਤੁਹਾਨੂੰ ਪਸੰਦ ਹੈ ਠੀਕ ਹੈ ਮੈਨੂੰ ਇਹ ਬਸ ਇੱਥੇ ਤੱਕ ਹੀ ਪਸੰਦ ਸੀ ਠੀਕ ਆ피 ਕੱਟ ਵੱਟ ਤੋਂ ਬਾਅਦ ਇਹ ਡਿਜ਼ਾਈਨ ਹੈ ਜਿਹੜਾ ਆਪਾਂ ਤਿਆਰ ਕਰਵਾਇਆਗਾ ਲਓ ਜੀ ਬਹੁਤ ਜਿਆਦਾ ਸੋਹਣਾ ਡਿਜ਼ਾਈਨ ਹੈ ਇਹ ਰੂ ਦਾ ਸੂਟ ਕਿਸ ਤਰ੍ਹਾਂ ਦਾ ਲੱਗਿਆ ਕਾਫੀ ਟਾਈਮ ਲੱਗ ਗਿਆ ਸੀ ਇਹ ਡਿਜ਼ਾਈਨ ਨੂੰ ਬਣਾਉਣ ਦੇ ਵਿੱਚ ਵਰਕਰ ਕਦੀ ਕਿਵੇਂ ਸ਼ਾਪ ਕੇ ਦੱਸਦਾ ਸੀ ਸਾਨੂੰ ਤੇ ਕਦੀ ਕਿਵੇਂ ਪਰ ਬਹੁਤ ਸੋਹਣਾ ਲੱਗਿਆ ਜਦੋਂ ਸੂਟ ਬਣ ਕੇ ਆ ਗਿਆ ਜੀ ਚਚੇਆ ਕੰਮ ਤੁਸੀਂ ਦੇਖੋ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਇਹ ਆਪਾਂ ਬਣਾਇਆ ਹੋਇਆ ਹੈਗਾ ਪੀਚੇਰੈਸਟ ਤੇ ਇਹ ਹੈਗਾ ਜੀ ਇਹਦੀ ਬਾਹ ਦੀ ਉੱਪਰ ਇਹ ਬੁਟਾ ਆ ਗਿਆ ਇਹਦੀ ਬਾਹ ਦੇ ਉੱਪਰ ਬਾਕੀ ਤੁਸੀਂ ਸਲਵਾਰ ਤੇ ਕਰਵਾ ਸਕਦੇ ਹੋ ਤੁਹਾਡੀ ਮਰਜ਼ੀ ਹੈ ਤੇ ਇਹਦੇ ਨਾਂ ਰੱਖਿਆ ਹੋਇਆ ਜੀ ਆਪਾਂ ਇਹ ਵਾਲਾ ਦੁਪੱਟਾ ਸੇਮ ਕਲਰ ਦਾ ਇਹ ਆਪਾਂ ਚਨੂਨ ਦਾ ਦੁਪੱਟਾ ਰੱਖਿਆ ਇਹ ਉਂਝ ਤਾਂ ਇਹਦੇ ਨਾਲ ਰੰਗ ਕਾਫੀ ਜ਼ਿਆਦਾ ਤੱਕ ਮਿਲਦਾ ਜੀ ਪਰ ਇਹ ਬਿਲਕੁਲ ਪਰਫੈਕਟ ਕਲਰ ਇਹਦੇ ਵਿੱਚ ਨਹੀਂ ਮਿਲਣਾ ਕਿਉਂਕਿ ਇਹ ਬੈਲਵਟ ਦੀ ਤਰ੍ਹਾਂ ਹੁੰਦਾ ਜਿਸ ਤਰ੍ਹਾਂ ਬੈਲਵਟ ਦੇ ਵਿੱਚ ਵੀ ਚਮਕ ਹੁੰਦੀ ਹੈ ਜਿਹੜਾ ਟਿਸ਼ੂ ਹੁੰਦਾ ਇਹਦੇ ਵਿੱਚ ਵੀ ਕਾਫੀ ਜ਼ਿਆਦਾ ਚਮਕ ਹੁੰਦੀ ਹੈ ਇਸ ਕਰਕੇ ਇਹ ਦੁਪੱਟੇ ਦੇ ਵਿੱਚ ਥੋੜਾ ਮੋਟਾ ਲੱਗੂਗਾ ਇਹਦੇ ਵਿੱਚ ਵੀ ਉਂਝ ਚਨੂਨ ਜੀ ਚਮਕ ਹੁੰਦੀ ਹੈ ਪਰ ਇਹਦੇ ਜਿੰਨੇ ਜਿੰਨੇ ਦੇ ਵਿੱਚ ਨਾ 골ਡਨ ਥ्रेड ਹੁੰਦਾ ਹੈਗਾ ਉਹਨਾਂ ਦੇ ਵਿੱਚ ਫਰਕ ਹੁੰਦਾ ਇਹ ਹੈਗਾ ਜੀ ਆਪਾਂ ਕਿਸੇ ਹੋਰ ਸੂਟ ਨਾ ਕਰਵਾਇਆ ਹੋਇਆ ਸੂਟ ਵੀ ਮੈਂ ਤੁਹਾਨੂੰ ਪਹਿਲਾਂ ਇਹ ਹੈਗਾ ਜੀ ਆਪਣਾ ਟਿਸ਼ੂ ਦਾ ਦੁਪੱਟਾ ਸੇਮ ਇਹ ਬਿਲਕੁਲ ਇਹਦੇ ਨਾਲ ਮਿਲੂ ਕਿਉਂਕਿ ਇਹ ਟਿਸ਼ੂ ਦਾ ਦੁਪੱਟਾ ਇਹਦੇ ਵਿੱਚ ਸ਼ਾਈਨ ਹੈ ਬਿਲਕੁਲ ਜਿਵੇਂ ਇਹ ਟਿਸ਼ੂ ਹੁੰਦਾ ਹੈ ਸੂਟਾਂ ਵਾਸਤੇ ਆ ਇਹ ਟਿਸ਼ੂ ਅਰਗੰਜਾ ਹੈਗਾ ਆਪਣਾ ਜਿਹਾ ਟਿਸ਼ੂ ਸ਼ਿਮਰ ਇਹ ਦੁਪੱਟਿਆਂ ਵਾਸਤੇ ਆ ਇਹ ਸੀ ਕਿਸੇ ਹੋਰ ਕਸਟਮਰ ਦਾ ਸੂਟ ਆ ਉਹਦੇ ਨਾਲ ਅਸੀਂ ਸੇਮ ਇਹੀ ਦੁਪੱਟਾ ਲਾਇਆ ਇਹ ਬਿਲਕੁਲ ਤੁਹਾਨੂੰ 100% ਮਿਲੂਗਾ ਹੀ ਮਿਲੂਗਾ ਜੀ ਨਾਲ ਤੇ ਇਹਦਾ 1021 ਦਾ ਫਰਕ ਰਹ ਜੂਗਾ ਉੰਜ ਇੰਨਾ ਫਰਕ ਨਹੀਂ ਹੈਗਾ ਬਸ ਸ਼ਾਈਨ ਦਾ ਹੀ ਫਰਕ ਹੋਊਗਾ ਲਓ ਜੀ ਇਹ ਉਹ ਜਿੱਦਾਂ ਮੈਂ ਪਹਿਲਾਂ ਵੀਡੀਓ ਵਿੱਚ ਦਿਖਾਤਾ ਸੀ ਮੈਨੂੰ ਪਤਾ ਨਹੀਂ ਕਿਹੜੀ ਵੀਡੀਓ ਕਿਹੜੀ ਕਦੋਂ ਆਊਗੀ ਪਹਿਲਾਂ ਉਹ ਕਿਹਨਾ ਆਊਗਾ ਇਕੱਠੀਆਂ ਵੀਡੀਓ ਬਣਾਦੀਆਂ ਨੇ ਕਈ ਵਾਰੀ ਮੈਂ ਇਹ ਵਾਲਾ ਸੂਟ ਇਹ ਕਲਰ ਆਪਣਾ ਸੇਮ ਹੀ ਹੈ ਇੱਕੋ ਹੀ ਸੂਰਾ ਹੋਵੇ ਡਿਜ਼ਾਈਨਰ ਨਾਲ ਉਹ ਸੌਰੀ ਕੋਈ ਕਪੜਾ ਇਹ ਸੇਮ ਰੰਗ ਹੈ ਇਹਦੇ ਉੱਪਰ ਆਪੇ ਡਿਜ਼ਾਈਨ ਬਣਾਇਆ ਇਹਦੇ ਨਾਲ ਅਸੀਂ ਇਹ ਵਾਲਾ ਦੁਪੱਟਾ ਕਰਵਾਇਆ ਹੁਣ ਤੁਸੀਂ ਇੱਥੇ ਡਿਸਾਈਡ ਕਰ ਲਿਓ ਹਨਾ ਤੁਹਾਨੂੰ ਇਹ ਵਾਲਾ ਦੁਪੱਟਾ ਪਸੰਦ ਆਇਆ ਥੋੜਾ ਜਿਹਾ ਸਲਿੱਪਰੀ ਰਹੂਗਾ ਜੀ ਤੇ ਜਿਵੇਂ ਹਨਾ ਇਹ ਏਜ ਇਹਨਾਂ ਦੀ ਘੱਟ ਹੈ ਇਸ ਕਰਕੇ ਮੈਂ ਇਹਨਾਂ ਨੂੰ ਇਹ ਸਲਿਪਰੀ ਦੁਪੱਟਾ ਡਾਈ ਕਰਵਾਤਾ ਇਹ ਦੀਦੀ ਥੋੜੀ ਜੀ ਏਜ ਜ਼ਿਆਦਾ ਇਸ ਕਰਕੇ ਇਹਨਾਂ ਨੂੰ ਮੈਂ ਚਰੂਨ ਦਾ ਦੁਪੱਟਾ ਡਾਈ ਕਰਵਾਤਾ ਇੱਥੇ ਤੁਸੀਂ ਡਿਸਾਈਡ ਕਰੋਗੇ ਤੁਸੀਂ ਚਰੂਨ ਦਾ ਦੁਪੱਟਾ ਲੈਣਾ ਔਰਗਾਂਜਾ ਦਾ ਲੈਣਾ ਜਾਂ ਵੇਲੇ ਇਹ ਟਿਸ਼ੂ ਸ਼ਿਮਰਦਾ ਲੈਣਾ ਜੋ ਦੁਪੱਟਾ ਤੁਸੀਂ ਤੋਂ ਤੁਸੀਂ ਕਹੋਗੇ ਜੀ ਸਾਨੂੰ ਤੁਸੀਂ ਤੁਹਾਨੂੰ ਉਹੀ ਦੁਪੱਟਾ ਲਾ ਕੇ ਦੇਵਾਂਗੇ ਠੀਕ ਹੈ ਇਹ ਦੁਪੱਟਾ ਥੋੜਾ ਜਿਆ ਮਹਿੰਗਾ ਪੈ ਜਾਊਗਾ ਜੀ ਲਓ ਜੀ ਹੁਣ ਤੁਸੀਂ ਦੇਖੋ ਇਹ ਵਾਲਾ ਡਿਜ਼ਾਈਨ ਵੀ ਤੁਸੀਂ ਦੇਖੋ ਤੇ ਵਾਲਾ ਵੀ ਦੇਖੋ ਜਿਹੜਾ ਵੀ ਤੁਹਾਨੂੰ ਡਿਜ਼ਾਈਨ ਪਸੰਦ ਆ ਟਿਸ਼ੂ ਸ਼ਿਮਰ ਤੇ ਉਹ ਵਾਲਾ ਕਰਵਾ ਸਕਦੇ ਹੋ ਇੱਥੇ ਇਹਨਾਂ ਦੇ ਮੈਂ ਕਲਰ ਲਾ ਦੂੰਗੀ ਕਿਹੜੇ ਕਿਹੜੇ ਕਲਰ ਆਪਣੇ ਕੋਲੇ ਹੈਗੇ ਨੇ ਠੀਕ ਹੈ ਲੋ ਜੀ ਚਲੋ ਠੀਕ ਹੈ ਜੀ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਕਈ ਸੂਟ ਵਿਖਾਏ ਨੇ ਮੈਨੂੰ ਪੂਰੀ ਉਮੀਦ ਹੈ ਵੀ ਸਾਡੇ ਰੰਗ ਡਿਜ਼ਾਈਨ ਤੁਹਾਨੂੰ ਵਧੀਆ ਲੱਗੇ ਹੋਣੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿਸ ਤਰ੍ਹਾਂ ਦੇ ਲੱਗੇ ਸੂਟ ਸਾਡੇ ਕਿਸ ਤਰ੍ਹਾਂ ਦੇ ਡਿਜ਼ਾਈਨ ਲੱਗੇ ਮੈਸੇਜ ਜ਼ਰੂਰ ਛੱਡਿਓ ਜੇ ਮੇਰੇ YouTube ਦੇ ਚੈਨਲ ਤੋਂ ਵੇਖਦੇ ਹੋ ਜੀ ਨਵੇਂਓ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਵੇਖ ਰਹੇ ਹੋ ਜੀ Facebook ਪੇ ਤੋ ਇੱਥੇ ਨਵੇਂਓ ਤਾਂ ਇੱਥੇ ਵੀ ਜ਼ਰੂਰ ਫਾਲੋ ਕਰਿਓ ਠੀਕ ਹੈ ਜੀ ਫਿਰ ਆਪਾਂ ਨਵੀਂ ਵੀਡੀਓ ਨਾਲ ਮਿਲਦੇ ਹਾਂ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਬਾਏ